ਆਪਕੋ ਤੋਂ ਸਿੰਘ ਧਰਮਸੋਧ ਦੀਆਂ ਮੁਸ਼ਕਿਲਾਂ ਇੱਕ ਵਾਰ ਫੇਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਹਿਲੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਟਾਲਾ ਫਿਰ ਜੰਗਲਾਤ ਵਿਭਾਗ ਵਿੱਚ ਕਟਾਲਾ ਔਰ ਹੁਣ ਦੁਬਾਰਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਕੋਟਾਲੇ ਦੀਆਂ ਫਾਈਲਾਂ ਕੁਲੀਆ ਔਰ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਇਹ ਜਾਂਚ ਸੌਂਪੀ ਜਾ ਸਕਦੀ ਹੈ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾ ਸਕਦੀ ਹੈ ਤੱਕ ਫਿਰ ਫੇਰ ਮੁਸ਼ਕਿਲਾਂ ਦੇ ਢੇਰੇ ਦੇ ਵਿੱਚ ਨਜ਼ਰ ਆ ਰਹੇ ਨੇ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਧ ਕਰੋੜਾ ਰੁਪਏ ਦਾ ਕਪਲਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਕੀਤਾ ਜਾਂਦਾ ਉਸ ਵਕਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁੰਦੇ ਨੇ ਪਰ ਉਸ ਵਕਤ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਹਾਲਾਂਕਿ ਵਿਰੋਧੀਆਂ ਵੱਲੋਂ ਇਸ ਤੇ ਤੰਜ ਕੱਸੇ ਜਾਂਦੇ ਨੇ ਮਾਮਲਾ ਬੇਹੱਦ ਪੱਕਦਾ ਉਸ ਤੋਂ ਬਾਅਦ ਮੁੱਖ ਮੰਤਰੀ ਬੰਦੇ ਨੇ ਚਰਨਜੀਤ ਸਿੰਘ ਚੰਨੀ ਉਸ ਤੋਂ ਬਾਅਦ ਮੰਤਰੀ ਮੰਡਲ ਦੇ ਵਿੱਚ ਸਾਦੂ ਸਿੰਘ ਧਰਮਸੋਤ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਔਰ ਮਾਨ ਸਰਕਾਰ ਦੇ ਆਂਦਿਆ ਹੀ ਪੁਰਾਨੀਆਂ ਫਾਇਲਾ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਨੇ ਜੰਗਲਾਤ ਵਿਭਾਗ ਦੇ ਵਿੱਚ ਕੋਟਾਲੇ ਦੇ ਵਿੱਚ ਸਾਦੂ ਸਿੰਘ ਧਰਮਸੋਤ ਦਾ ਨਾਂ ਸਾਹਮਣੇ ਆਂਦੇ ਔਰ ਪੋਸਟ میٹرਿਕ ਸਕਾਲਰਸ਼ਿਪ ਦੀਆਂ ਫਾਇਲਾ ਮੁਰਤੋ ਖੁਲੀਆਂ ਔਰ ਪੰਜਾਬ ਸਰਕਾਰ ਸੀਬੀਆਈ ਨੂੰ ਇਹ ਪੂਰੀ ਜਾਂਚ ਸੌਂਪ ਸਕਦੀ ਹੈ ਸਬੂਤਾ ਸਮੇਤ ਸਾਰੀਆਂ ਫਾਈਲਾਂ ਸੀਬੀਆਈ ਨੂੰ ਸੌਂਪੀਆਂ ਜਾ ਸਕਦੀਆਂ ਨੇ ਔਰ ਵੱਡੇ ਘੁਟਾਲੇ ਨੂੰ ਲੈ ਕੇ ਸਾਦੂ ਸਿੰਘ ਧਰਮਸੋਧ ਖਿਲਾਫ ਕਾਰਵਾਈ ਹੋ ਸਕਦੀ ਹੈ ਤਾਂ ਸਾਦੂ ਸਿੰਘ ਧਰਮਸੋਧ ਇੱਕ ਵਾਰ ਫੇਰ ਮੁਸ਼ਕਿਲਾਂ ਦੇ ਢੇਰੇ ਦੇ ਵਿੱਚ ਜੰਗਲਾਤ ਵਿਭਾਗ ਦੇ ਵਿੱਚ ਕ腐ਸ਼ਨ ਕੇਸ ਦੇ ਵਿੱਚ ਫੜੇ ਜਾ ਚੁੱਕੇ ਨੇ ਸਕਾਲਰਸ਼ਿਪ ਘੁਟਾਲੇ ਦੀ ਮਾਮਲੇ ਦੇ ਵਿੱਚ ਵੀ ਹੁਣ ਫਾਈਲ ਖੁੱਲੀ ਆ ਰਸੀਐਮ ਭਗਵੰਤ ਮਾਨ ਨੇ ਸਕਾਲਰਸ਼ਿਪ ਘੁਟਾਲੇ ਦੀ ਫਾਈਲਾ ਮੰਗਵਾਈਆਂ ਅਤੇ ਇਸ ਮਾਮਲੇ ਦੇ ਵਿੱਚ ਵੱਡੀ ਐਕਸ਼ਨ ਦੇ ਵਿੱਚ ਤਿਆਰੀ ਦੇ ਵਿੱਚ ਨੇ ਸੀਐਮ ਮਾਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦਾ ਇਨਾਂ ਤੇ ਰੋਪ ਲੱਗਿਆ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੇ ਵਿੱਚ ਇਹ ਘੁਟਾਲਾ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਦੁਬਾਰਾ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮੇਂ ਆਨ ਨੂੰ ਨਈ ਬਣਾਇਆ ਗਿਆ ਜੰਗਲਾਤ ਵਿਭਾਗ ਦੇ ਵਿੱਚ ਦਰਖਤ ਕਟਾਈ ਔਰ ਲਗਾਉਣ ਦੇ ਬਦਲੇ ਰਿਸ਼ਵਤ ਦਿੱਤੀ ਜਾਂਦੀ ਸੀ ਅਜਿਹਾ ਵੀ ਨਾਂ ਤੇ ਰੋਪ ਲਗਾਇਆ ਗਿਆ ਪੰਜਾਬ ਦੇ ਵਿੱਚ ਕੇਂਦਰ ਦੀ ਮਦਦ ਦੇ ਨਾਲ ਐਸਸੀ ਸਟੂਡੈਂਟਸ ਨੂੰ ਪੋਸਟ میٹرਿਕ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਸਾਧੂ ਸਿੰਘ ਧਰਮਸੋਧ ਕੈਪਟਨ ਅਨੁੰਦਰ ਸਿੰਘ ਦੇ ਸੀਐਮ ਰਹਿੰਦੇ ਹੋਏ ਸਮਾਜਿਕ ਸੁਰੱਖਿਆ ਮੰਤਰੀ ਸੀ ਉਹਨਾਂ ਤੇ ਰੋਪ ਲੱਗਿਆ ਕਿ ਸਕਾਲਰਸ਼ਿਪ ਵੰਡਣ ਦੇ ਵਿੱਚ ਕਪਲਾ ਹੋਇਆ ਹੈ 39 ਕਰੋੜ ਰੁਪਏ ਵੰਡਨ ਦਾ ਕੋਈ ਰਿਕਾਰਡ ਹੀ ਨਹੀਂ ਮਿਲਿਆ ਇਸ ਦੇ ਵਿੱਚ ਸ਼ੱਕ ਜਤਾਇਆ ਗਿਆ ਕਿ ਜੋ ਕਾਲਜ ਹੀ ਨਹੀਂ ਉਹਨਾਂ ਦੇ ਨਾਮ ਤੇ ਰਕਮ ਹੜੱਪੀ ਗਈ ਹੈ ਔਰ ਇਸ ਤੋਂ ਇਲਾਵਾ ਜਿਨ ਕਾਲਜਸ ਦੇ ਵਿੱਚ ਯੂਨੀਵਰਸਿਟੀ ਚ 8 ਕਰੋੜ ਵਸੂਨੇ ਸੀ ਉਥੇ 16 ਕਰੋੜ ਹੋਰ ਜਾਰੀ ਕਰ ਦਿੱਤੇ ਗਏ ਸੀ ਤਾਂ ਵੱਡਾ ਘੁਟਾਲਾ ਕੀਤਾ ਗਿਆ ਔਰ ਕੈਪਟਨ ਸਰਕਾਰ ਦੇ ਵੇਲੇ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ ਕੈਪਟਨ ਸਰਕਾਰ ਦੇ ਵਕਤ ਵੀ ਇਸ ਘੁਟਾਲੇ ਦੀ ਜਾਂਚ ਹੁੰਦੀ ਹੈ

ਮਾਨ ਸਰਕਾਰ ਦੇ ਵਕਤ ਹੁਣ ਮੁਸ਼ਕਿਲਾਵੱਦੀਆਂ ਹੋਈਆਂ ਨਜ਼ਰ ਆਈਆਂ ਔਰ ਮਾਨ ਸਰਕਾਰ ਇਸ ਘੁਟਾਲੇ ਦੀ ਜਾਂਚ CBI ਨੂੰ ਸੌਂਸਕਦੀ ਹੈ ਤਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦਾ ਮਾਮਲਾ ਪੰਜਾਬ ਸਰਕਾਰ CBI ਨੂੰ ਇਹ ਪੂਰੀ ਜਾਂਚ ਸੌਂਸਕਦੀ ਹੈ ਪੰਜਾਬ ਪੁਲਿਸ ਹੀ CBI ਨੂੰ ਸਬੂਤ ਸਮੇਤ ਪੂਰੀ ਜਾਂਚ ਸੌਂਪੀ ਜਾ ਸਕਦੀ ਹੈ ਕੈਪਟਨ ਸਰਕਾਰ ਵੇਲੇ ਸਕਾਲਰਸ਼ਿਪ ਦੇ ਵਿੱਚ ਘੁਟਾਲਾ ਕੀਤਾ ਗਿਆ ਸੀ ਕਰੋੜਾ ਰੁਪਏ ਦਾ ਘੁਟਾਲਾ ਕੀਤਾ ਗਿਆ ਸੀ ਔਰ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਤੇ ਸਿਉ ਘਟਾਲੇ ਦੇ ਇਲਜ਼ਾਮ ਲੱਗੇ ਸੀ